ਇੱਥੇ ਆ ਗਏ ਦੁਬਾਰਾ ਦੋਸਤੋ ਓਕੇ ਸੋ ਫਾਈਨਲੀ ਸਾਨੂੰ ਆਹ ਵਾਲਾ ਟੇਬਲ ਪਸੰਦ ਆ ਰਿਹਾ ਅਤੇ ਬਟ ਮੰਮੀ ਦੇ ਰੂਮ ਦੇ ਵਿੱਚ ਇੰਨੀ ਜਗ੍ਹਾ ਹੈ ਨਹੀਂ ਜੀ ਕਿ ਅਸੀਂ ਮੈਨੂੰ ਆਹ ਵਾਲਾ ਟੇਬਲ ਵੀ ਬਹੁਤ ਸੋਹਣਾ ਲੱਗਾ ਬਟ ਇਹ ਆਉਣਾ ਨਹੀਂ ਮੰਮੀ ਦੇ ਰੂਮ ਦੇ ਵਿੱਚ ਸੋ ਲੈਟਸ ਸੀ ਦੇਖਦੇ ਹਾਂ ਕਿਹੜਾ ਵਾਲਾ ਲੈਂਦੇ ਹਾਂ ਜੇ ਕਿਉਂਕਿ ਸਿਰਫ ਇੱਕ ਜਗ੍ਹਾ ਦਾ ਇਸ਼ੂ ਆ ਹੋਰ ਕਿਸੇ ਚੀਜ਼ ਦਾ ਇਸ਼ੂ ਨਹੀਂ ਹੈਗਾ ਮੇ ਬੀ ਅਸੀਂ ਸਾਨੂੰ ਫਿਰ ਆਈਕਿਆ ਤੋਂ ਹੀ ਲੈਣਾ ਪਊਗਾ ਇਫ ਆਹ ਚੀਜ਼ ਨਾ ਮਿਲੀ ਤਾਂ ਸ਼ੋਪਿੰਗ ਕਰਨ ਜਿੰਨਾ ਮਜ਼ਾ ਆ ਰਿਹਾ ਬਟ ਅੱਜ ਕੱਲ੍ਹ ਲਾਈਕ ਸਿਰਫ ਟੀ ਵੀ ਦੀ ਸ਼ੋਪਿੰਗ ਹੋ ਰਹੀ ਹੈ ਟੀ ਵੀ ਦੱਸ ਓਕੇ ਸੋ ਇੱਥੋਂ ਵੀ ਕੁਛ ਨਹੀਂ ਪਸੰਦ ਆਇਆ ਹੁਣ ਆਪਾਂ ਜਾ ਰਹੇ ਹਾਂ ਇੱਕ ਹੋਰ ਲੋਕੇਸ਼ਨ 'ਤੇ ਮਤਲਬ ਸਿਰਫ ਟੀ ਵੀ ਸਟੈਂਡ ਲਈ ਅਸੀਂ ਤਿੰਨ ਲੋਕੇਸ਼ਨ ਦੇਖ ਲਈਆਂ ਨਾ ਦੋ ਲੋਕੇਸ਼ਨ ਮਾਈ ਫਰਨੀਚਰ ਅਤੇ ਦ ਬ੍ਰਿਕ ਹੁਣ ਅਸੀਂ ਥਰਡ ਵਾਲੀ ਲੋਕੇਸ਼ਨ 'ਤੇ ਜਾ ਰਹੇ ਹਾਂ ਦੇਖਦੇ ਹਾਂ ਉੱਥੋਂ ਕਿੱਦਾਂ ਦਾ ਪਸੰਦ ਆ ਰਿਹਾ ਮੌਸਮ ਕਿੰਨਾ ਜ਼ਿਆਦਾ ਸੋਹਣਾ ਹੋਇਆ ਨਾ ਥਰਡ ਲੋਕੇਸ਼ਨ ਵੀ ਦੇਖ ਲਿਆ ਸਟੈਂਡ ਪਸੰਦ ਆ ਗਿਆ ਸੀ ਬਟ ਉਹ ਟੁੱਟਿਆ ਨਿਕਲਿਆ ਤੇ ਹੁਣ ਕੀ ਪਲੈਨ ਆ ਹੁਣ ਸਾਡਾ ਪਲੈਨ ਇਹ ਆ ਕਿ ਅਸੀਂ ਐਪਲ ਟੀ ਵੀ ਘਰੇ ਲੈ ਜਾਈਏ ਫਿਰ ਦੇਖਦੇ ਹਾਂ ਅੱਗੇ ਕੀ ਕਰਦੇ ਹਾਂ ਮੈਨੂੰ ਪਤਾ ਕਿ ਆਈਕੀਆ ਤੋਂ ਹੀ ਪਸੰਦ ਆਉਣਾ ਹੋਰ ਕਿਤੋਂ ਕੋਈ ਚੀਜ਼ ਨਹੀਂ ਪਸੰਦ ਆਉਣੀ ਸੋ ਆਮ ਪਲੈਨਿੰਗ ਕਿ ਆਈਕੀਆ ਤੋਂ ਜਾ ਕੇ ਲੈ ਆਈਏ ਲੈਟਸ ਸੀ ਕਰਮ ਮੰਨਦੇ ਕਿ ਨਹੀਂ ਕਰਮ ਨੇ ਨਹੀਂ ਮੰਨਣਾ ਬਟ ਹੁਣ ਇਹਨਾਂ ਨੇ ਕਿਹਾ ਕਿ ਸਿੱਧਾ ਪਹਿਲਾਂ ਇਹਨੂੰ ਘਰੇ ਜਾਂਦੇ ਹਾਂ ਰੂਮ ਨੂੰ ਥੋੜ੍ਹਾ ਜਿਹਾ ਚੇਂਜਸ ਕਰਕੇ ਦੇਖਦੇ ਹਾਂ ਕਿ ਟੇਬਲ ਕਿੱਥੇ ਲਗਾਉਂਗੇ ਕਿੱਥੇ ਨਹੀਂ ਕਿਉਂਕਿ ਸਾਨੂੰ ਪਸੰਦ ਆ ਰਿਹਾ ਬਹੁਤ ਵੱਡੇ ਵੱਡੇ ਟੇਬਲਸ ਅਤੇ ਰੂਮ ਦੇ ਹਿਸਾਬ ਨਾਲ ਸਾਨੂੰ ਛੋਟਾ ਟੇਬਲ ਚਾਹੀਦਾ ਲੈਟਸ ਸੀ ਨਾਲ ਜਾ ਕੇ ਮੰਮੀ ਦਾ ਰਿਐਕਸ਼ਨ ਵੀ ਦੇਖਦੇ ਹਾਂ ਮੰਮੀ ਨੂੰ ਟੀ ਵੀ ਦੇਖ ਕੇ ਕਿੱਦਾਂ ਦਾ ਲੱਗਦਾ ਹੈ ਨਾ ਕਰਮ ਨੇ ਕੋਈ ਗੱਲ ਕਰਨੀ ਤੁਹਾਡੇ ਨਾਲ ਮੰਮੀ ਆਈਡੀਆ ਮੇਰਾ ਹੀ ਜੱਫੀ ਉਹਨੂੰ ਤਾਂ ਦੋਵਾਂ ਨੂੰ ਕਿਆ ਹੀ ਪ੍ਰਾਊਡ ਆਫ ਯੂ ਹੈ ਨਾ ਕਿਆ ਹੀ ਨਾ ਹਾਂ ਲਓ ਜੀ ਖੁਸ਼ ਹੈ ਹੁਣ ਆਪਾਂ ਜਦੋਂ ਖੋਲਦੇ ਹਾਂ ਉੱਪਰ ਲਾਉਂਦੇ ਹਾਂ ਵਾਓ ਜਾ ਤੇਲ ਚੋਣਾ ਜੀ ਮੈਂ ਆਪਣਾ ਅੱਛਾ ਨਹੀਂ ਚੋਣਾ ਇੱਥੇ ਚੋਣਾ ਹਾਂ ਇੱਥੇ ਚੋਣੇ ਹਾਂ ਥੈਂਕ ਯੂ ਦੇਖ ਕਿੰਨੀ ਕਰ ਰਹੀ ਜਿਹੜੀ ਚੀਜ਼ ਲਈ ਅਸੀਂ ਸਵੇਰ ਦੇ ਫਿਰਦੇ ਪਏ ਸੀ ਉਹ ਸਫਲ ਹੋ ਗਈ ਨਾ ਮੰਮੀ ਦੀ ਖੁਸ਼ੀ ਦੇਖ ਕੇ ਹਨਾ ਮੰਮੀ ਬਹੁਤ ਜ਼ਿਆਦਾ ਖੁਸ਼ ਹੋਈ ਟੀਵੀ ਦੇਖ ਕੇ ਸਾਡਾ 65 ਹੈ ਤੇ ਮੰਮੀ ਲਈ 55 ਲਿੱਤਾ ਕਿਉਂਕਿ ਮੰਮੀ ਦਾ ਰੂਮ ਥੋੜਾ ਜਿਹਾ ਛੋਟਾ ਸਾਡਾ ਰੂਮ ਥੋੜਾ ਜਿਹਾ ਵੱਡਾ ਹਾਂ ਮੰਮੀ ਦਾ ਹੁਣ ਕੁਛ ਨੀ ਦਰਦ ਹੋਣ ਡਿਆ ਮੰਮੀ ਦਾ ਹੁਣ ਕੁਛ ਦਰਦ ਨਹੀਂ ਹੁੰਦਾ ਕੋਈ ਗੋਡਾ ਨਹੀਂ ਕੋਈ ਕੁਛ ਨਹੀਂ ਦਰਦ ਨਹੀਂ ਹੁੰਦਾ
ਨਹੀਂ ਦਰਦ ਹੋਇਆ ਭੱਜੀ ਜਾਣ ਦੀ ਭੱਜੀ ਜਾਣ ਦੀ ਆ ਮੈਂ 5 ਮਿੰਟਾਂ ਚ ਗਈ ਆ ਮਿੰਟਾਂ ਮਿੰਟੀ ਮੰਮੀ ਜਾ ਕੇ ਆਈ ਆ ਚੱਲ 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 ਵਾਹਿਗੁਰੂ ਖੋ ਜਾ ਖੋ ਜਾ ਬੱਚਾ ਖੋ ਮੰਮੀ ਮੈਂ ਵਡਾਉਣ ਦੀ ਕੋਈ ਨਾ ਮਿੱਤ ਲੈ ਲਈ ਵਾਹਿਗੁਰੂ ਸੱਚਾ ਮੈਂ ਮਦਦ ਕਰੀ ਮੇਰੇ ਫੋਟੋ ਨਹੀਂ ਪੜੀ ਕੋਈ ਨਹੀਂ ਮੈਂ ਮੇਰੇ ਤਾਂ ਲੈ ਲਈਆਂ ਸਾਰੀਆਂ ਫੋਟੋਆਂ ਠੀਕ ਪਹਿਲਾਂ ਮੰਮੀ ਦੇ ਰੂਮ 'ਚ ਸਿੱਧਾ ਲੈ ਜਾਂਦੇ ਨਾ ਬੂਆ ਵਾਂਗੂ ਹਾਂ ਹਾਂ ਮੰਮੀ ਲਿਆ ਲਾ ਦਿੰਦੇ ਮੰਮੀ ਗੇਟ ਲਾਇਆ ਲੱਗਾ ਫੜਿਆ ਹੋਇਆ ਟੈਂਸ਼ਨ ਕਿੰਨਾ ਓਕੇ ਅਸੀਂ ਟੀ ਵੀ ਘਰੇ ਰੱਖਿਆ ਹੈ ਹੁਣ ਅਸੀਂ ਦੋਨੋਂ ਜਾਣੇ ਜਾ ਰਹੇ ਹਾਂ ਆਈਕਿਆ ਟੇਬਲ ਲੈਣ ਕਿਉਂਕਿ ਕਰਮ ਦਾ ਪਹਿਲਾ ਪਲਾਨ ਸੀ ਕਿ ਨੈਕਸਟ ਵੀਕ ਲਿਆਉਂਗੇ ਬਟ ਫਿਰ ਮੰਮੀ ਦੀ ਇੰਨੀ ਜ਼ਿਆਦਾ ਖੁਸ਼ੀ ਦੇਖ ਕੇ ਕਰਮ ਕਹਿੰਦੇ ਨਹੀਂ ਚਲ ਜਾ ਕੇ ਲੈ ਆਉਂਦੇ ਹਾਂ ਅਤੇ ਟੀ ਵੀ ਸਟਾਰਟ ਕਰ ਦਿੰਦੇ ਹਾਂ ਤਾਂ ਕਿ ਮੰਮੀ ਦੇਖੇ ਮੰਮੀ ਦਾ ਰੂਮ ਇੰਨਾ ਸੱਚੀ ਸੋਹਣਾ ਲੱਗਣ ਲੱਗ ਜਾਣਾ ਅਤੇ ਉੱਥੋਂ ਹੀ ਮੈਂ ਰੱਗ ਵੀ ਦੇਖ ਲੂੰਗੀ ਮੰਮੀ ਦੇ ਨੀਚੇ ਵਿਛਾਉਣ ਲਈ ਨਾ ਉੱਥੋਂ ਹੀ ਰੱਗ ਦੇਖ ਲੂੰਗੇ ਰੂਮ ਕੰਪਲੀਟ ਹੋ ਜੂਗਾ ਅਤੇ ਅੱਜ ਅਸੀਂ ਮੰਮੀ ਨੂੰ ਆਪਣਾ ਮੰਮੀ ਦਾ ਰੂਮ ਸਾਰਾ ਕੰਪਲੀਟ ਕਰਕੇ ਦੇ ਦੂੰਗੇ ਦੇਖਦੇ ਹਾਂ ਕਿੱਦਾਂ ਮਤਲਬ ਤੁਹਾਨੂੰ ਵੀ ਦਿਖਾਉਂਗੇ ਬਾਅਦ 'ਚੋਂ ਪੂਰਾ ਬਣ ਕੇ ਹੁਣ ਅਸੀਂ ਆਈ ਕੇ ਚੱਲੇ 30 ਮਿੰਟ ਦੀ ਡਰਾਈ 33 ਮਿੰਟ ਦੀ ਡਰਾਈ ਇੱਥੇ ਤੱਕ ਲਿਆਉਂਗੇ ਸੋ ਫਾਈਨਲੀ ਆਪਾਂ ਆ ਗਏ ਆਈਕਿਆ ਅਤੇ ਹੁਣ ਆਪਾਂ ਟੀ ਵੀ ਸਟੈਂਡ ਦੇਖਦੇ ਹਾਂ ਕਿ ਕਿਹੜਾ ਪਸੰਦ ਆ ਵੈਸੇ ਮੈਂ ਔਨਲਾਈਨ ਚੈੱਕ ਕਰ ਲਿਆ ਕਿ ਮੈਨੂੰ ਕਿਹੜਾ ਪਸੰਦ ਆ ਰਿਹਾ ਲੈਟਸ ਸੀ ਲੈਂਥ ਅਤੇ ਹਾਈਟ ਕਰਮ ਨੇ ਦੇਖਣੀ ਆ ਜਾ ਕੇ ਬਿਕੋਜ਼ ਇਨ ਮੈਥ ਆਈ ਐਮ 0 ਐਂਡ ਹੀ ਇਜ਼ ਹੀਰੋ ਠੀਕ ਹੈ ਕਿਉਂਕਿ ਇਹਨਾਂ ਨੇ ਦੇਖਣਾ ਵਾ ਇੰਚਸ ਵਗੈਰਾ ਕੀ ਕਿਹੜੇ ਹਿਸਾਬ ਨਾਲ ਸੋ ਦੇਖਦੇ ਹਾਂ ਕਿੱਦਾਂ ਕਿਹੜਾ ਲੈਂਦੇ ਹਾਂ ਯਾਰ ਕਿੰਨਾ ਸੋਹਣਾ ਮੌਸਮ ਹੋਇਆ ਹਲਕੀ ਹਲਕੀ ਭੂਰ ਪੈਣੀ ਆ ਹਲਕੀ ਹਲਕੀ ਯਾਰ ਆਪਾਂ ਟਰਾਲੀ ਤਾਂ ਲਿੱਤੀ ਨਹੀਂ ਬੇਬੀ ਕਿੱਥੋਂ ਨਹੀਂ ਮਿਲਦੀ ਕਿੱਥੋਂ ਮਿਲੂਗੀ ਨੀਚੋ ਹੁਣ ਕਰੋ ਮੇਰੀ ਡੇਟ ਹੋ ਗਿਆ ਬਿਲਕੁਲ ਹੁਣ ਮੈਨੂੰ ਕਹਿ ਰਿਹਾ ਛੇਤੀ ਚੱਲ 12 ਗਏ ਹੁਣ ਅਸੀਂ ਜਿਹੜਾ ਸਟੈਂਡ ਦੇਖਿਆ ਮੰਮੀ ਦਾ ਲੇਟਿੰਗ ਸਟੈਂਡ ਉਹ ਲੈਣ ਜਾਣਾ ਉਹ ਦੂਜੀ ਅੱਜ ਇਹਨਾਂ 'ਚ ਬਿਲਕੁਲ ਵੀ ਪੇਸ਼ੈਂਸ ਨਹੀਂ ਆ ਬਿਲਕੁਲ ਵੀ ਮਤਲਬ ਕੋਈ ਚੱਜ ਨਾਲ ਸ਼ੋਪਿੰਗ ਨਹੀਂ ਕਰਨ ਦਿੱਤੀ ਹੁਣ ਫਾਈਨਲੀ ਆ ਗਿਆ ਬਿਲਕੁਲ ਅਸੀਂ ਸੇਮ ਲਿੱਤਾ ਸਾਡੇ ਰੂਮ ਨਾਲ ਦਾ ਬਿਲਕੁਲ ਹੀ ਸੇਮ ਆਹ ਆਪਾਂ ਪਿਆ ਦੇਖੋ ਓਕੇ ਸੋ ਇਹ ਵਲੋਗ ਸਟਾਰਟ ਕੀਤੇ ਨੂੰ ਮੈਨੂੰ ਆਲਮੋਸਟ 2 ਹਫ਼ਤੇ ਹੋ ਗਏ ਆ ਬਟ ਖਤਮ ਅੱਜ ਕਰਨ ਲੱਗਿਆ ਹੁਣ ਮੈਂ ਤੁਹਾਨੂੰ ਦਿਖਾਉਣੀ ਹੈ ਕਿ ਟੀਵੀ ਦਾ ਸੈਟਅਪ ਕਰਨ ਤੋਂ ਬਾਅਦ ਕਿੱਦਾਂ ਦਾ ਲੱਗਦਾ ਮੰਮੀ ਦੇ ਕਮਰੇ 'ਚ ਥੋੜ੍ਹਾ ਜਿਹਾ ਮੈਸੀ ਆ ਇਗਨੋਰ ਓਕੇ ਸੇਮ ਜਿੱਦਾਂ ਮੇਰੇ ਰੂਮ ਦੇ ਵਿੱਚ ਬੈੱਡ ਆ ਫਿਰ ਰੱਗ ਆ ਮਤਲਬ ਉੱਧਰ ਲਿਓ ਸੇਮ ਅਤੇ ਟੀਵੀ ਆ ਲਗਾਇਆ ਆਹ ਥੋੜ੍ਹਾ ਜਿਹਾ ਮੈਨੂੰ ਛੋਟਾ ਲੱਗਣ ਡਿਆ ਬਟ ਇਹਨੂੰ ਥੋੜ੍ਹੇ ਦਿਨਾਂ ਤੱਕ ਆਪਾਂ ਉੱਚਾ ਕਰ ਦੂੰਗੇ ਥੋੜ੍ਹਾ ਜਿਹਾ ਹੋਰ ਬਟ ਮੰਮੀ ਦੇ ਹਿਸਾਬ ਦੇ ਨਾਲ ਸਹੀ ਹੈ ਸਾਨੂੰ ਅਤੇ ਹੁਣ ਮੰਮੀ ਦਾ ਰੂਮ ਬਿਲਕੁਲ ਕੰਪਲੀਟ ਆ ਸਫਾਈ ਤਾਂ ਕਰਤੀ ਸੀ ਉਹ ਕੱਪੜੇ ਤਹਿ ਮਾਰ ਕੇ ਰੱਖੇ ਹੋਏ ਆ ਅਤੇ ਹੁਣ ਮੰਮੀ ਆ ਕੇ ਚਿਣੂਗੇ ਅਤੇ ਇਸ ਵਲੋਗ ਨੂੰ ਮੈਂ ਇੱਥੇ ਹੀ ਐਂਡ ਕਰਦੀ ਹਾਂ
ਓਕੇ ਟੀਵੀ ਦੇਖ ਕੇ ਮੰਮੀ ਬਹੁਤ ਜ਼ਿਆਦਾ ਖੁਸ਼ ਹੋ ਗਏ, ਉੱਥੋਂ ਤੁਸੀਂ ਰਿਐਕਸ਼ਨ ਦੇਖ ਹੀ ਲਿਆ, ਅਤੇ ਜਦੋਂ ਰੂਮ ਵੀ ਬਣ ਗਿਆ ਸੀ ਉਦੋਂ ਵੀ ਮੰਮੀ ਬਹੁਤ ਜ਼ਿਆਦਾ ਖੁਸ਼ ਹੋ ਗਏ ਸੀ। ਐਂਡ ਇਹ ਵਲੋਗ ਮੇਰਾ ਤਾਂ ਨਹੀਂ ਫਿਨਿਸ਼ ਹੋਇਆ ਕਿਉਂਕਿ ਉਸ ਤੋਂ ਬਾਅਦ ਫਿਰ ਮੇਰੀ ਨਨਾਣ ਦੇ ਜਵਾਕ ਆਉਂਦੇ ਸੀ, ਫਿਰ ਮੈਂ ਅਸੀਂ ਉਹਨਾਂ ਦੇ ਨਾਲ ਬਿਜ਼ੀ ਰਹਿੰਦੇ ਸੀ ਤਾਂ ਟਾਈਮ ਨਹੀਂ ਲੱਗਾ ਵਲੋਗ ਵਲੋਗ ਦਾ। ਅਤੇ ਅੱਜ ਮੈਂ ਸੋਚਿਆ ਚੱਲ ਇਹਨੂੰ ਕੰਪਲੀਟ ਕਰਕੇ ਅਪਲੋਡ ਕਰ ਦਿੰਦੇ ਹਾਂ, ਕਿਉਂਕਿ ਉਹ ਵੀ ਮੰਮੀ ਨੇ ਪੁੱਛਿਆ ਸੀ ਵੀ ਵਲੋਗ ਨਹੀਂ ਬਣਾਇਆ ਆਹ ਚੀਜ਼ ਦਾ, ਸੋ ਮੈਂ ਯਾਦ ਆ ਗਿਆ, ਮੈਂ ਕਿਹਾ ਵਲੋਗ ਖਤਮ ਕਰਨਾ, ਹੁਣ ਆਹ ਵਾਲੀ ਵਾਲ ਨੂੰ ਵੀ ਸੇਮ ਬਣਾਊਂਗੀ ਜਿੱਦਾਂ ਮੇਰੇ ਰੂਮ 'ਚ, ਇੱਥੇ ਮਿਰਰ ਲਗਾ ਕੇ ਇੱਦਾਂ, ਅਤੇ ਕਲੋਕ ਲਗਾਊਂਗੀ ਇੱਥੇ ਵੀ, ਐਂਡ ਫਿਰ ਮੰਮੀ ਦਾ ਰੂਮ ਪੂਰਾ ਡਨ ਹੋ ਗਿਆ। ਸੋ ਮਿਲਦੇ ਹਾਂ ਨੈਕਸਟ ਵਲੋਗ ਨਾਲ ਜੇ ਮੈਂ ਬਣਾਇਆ। ਚਲੋ ਥੈਂਕ ਯੂ ਸੋ ਮਚ, ਐਂਡ ਸਬਸਕ੍ਰਾਈਬ ਕਰ ਲਈ ਮੇਰੇ ਚੈਨਲ ਨੂੰ ਇਫ ਤੁਹਾਨੂੰ ਮੇਰੇ ਵਲੋਗਸ 'ਚ ਵੀਡੀਓਜ਼ ਵਧੀਆ ਲੱਗਦੀਆਂ।